Thank you.
ਪੰਜਾਬ ਦੇ ਵਿੱਚ ਕੱਲੀ ਕੱਲੀ ਤਾੜੀ ਦਾ ਹਿਸਾਬ ਉੱਥੇ ਨੋਟ ਹੋ ਰਿਹਾ ਸਾਰੀ ਕਰੀ ਹੱਥ ਚੱਕ ਲਓ ਕਿਉਂਕਿ ਇੰਨਾ ਸੋਹਣਾ ਲਾਈਵ ਬਾਬਾ ਲਾਈਵ ਤੁਹਾਡੇ ਸੋਹਣੇ ਸੋਹਣੇ ਚਿਹਰੇ ਨੂੰ ਸਾਰੇ ਕਿਤੇ ਦਿਖਾ ਰਿਹਾ ਔਰ ਮੈਂ ਸ਼ੁਕਰਗੁਜ਼ਾਰ ਹਾਂ ਸਾਡੇ ਸਾਈਂ ਜੀ ਲਖਵੀਰ ਸ਼ਾਹ ਜੀ ਔਰ ਜਿੰਨੇ ਫਕੀਰ ਨੇ ਬਹੁਤ ਸਾਰਾ ਮਾਣ ਆਸ਼ੀਰਵਾਦ ਮਿਲਿਆ ਪਰਮਾਤਮਾ ਇਹਨਾਂ ਦੀ ਲੰਬੀ ਉਮਰ ਕਰੇ ਤੇ ਸਾਨੂੰ ਸਾਡੇ ਤੇ ਇਹ ਕਿਰਪਾ ਰੱਖੀ ਹੋਰ ਸਾਜਿਆ ਦਰਬਾਰ ਕੀ ਖੱਬੇ ਪਾਸੇ ਕਲਾਕਾਰ ਬੈਠੇ ਆ ਉਹਨਾਂ ਨੂੰ ਉੱਠਣਾ ਪਏਗਾ ਇਹ ਕਲਾਕਾਰਾਂ ਨੂੰ ਬੇਨਤੀ ਆ ਵੀ ਇੱਧਰ ਫਰੰਟ ਤੇ ਆ ਕੇ ਬੈਠਣ ਦੀ ਕਿਰਪਾ ਕਰੋ ਬਾਬਾ ਜੀ ਦੇ ਬੇਟੇ ਨੇ ਇਹ ਮੈਸੇਜ ਮੇਰੇ ਤੱਕ ਪਹੁੰਚਾਇਆ ਇਹ ਮੇਰੀ ਕੋਈ ਪਰਸਨਲ ਅਨਾਊਂਸਮੈਂਟ ਨਹੀਂ ਹੈਗੀ ਇਸ ਕਰਕੇ ਮੈਂ ਰਿਕੁਐਸਟ ਕਰਦਾ ਜਿਹੜੇ ਕਲਾਕਾਰ ਬੈਠੇ ਇੱਥੇ ਮੇਰੇ ਇੱਧਰ ਸੱਜੇ ਪਾਸੇ ਤੁਸੀਂ ਇੱਥੇ ਆ ਜਾਓ ਭਾਜੀ ਸਾਹਮਣੇ ਸਾਰੇ ਇੱਥੇ ਸਾਰੇ ਕਲਾਕਾਰ ਇੱਥੇ ਆ ਜਾਓ ਇਹ ਸਿਰਫ ਮਹਾਂਪੁਰਸ਼ਾਂ ਦੇ ਬੈਠਣ ਲਈ ਜਗ੍ਹਾ ਜਿਹੜੀ ਹੈ ਸੁਨਿਸ਼ਚਿਤ ਕੀਤੀ ਗਈ ਹੈ ਥੋੜ੍ਹਾ ਜਿਹਾ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ ਬਾਕੀ ਤੁਸੀਂ ਰਿਸਪੈਕਟਡ ਹੋ ਤੁਹਾਡਾ ਇੱਜ਼ਤ ਮਾਣ ਸਤਿਕਾਰ ਬਰਕਰਾਰ ਰਹੇਗਾ ਔਰ ਸਿਰਫ ਤੁਸੀਂ ਫਰੰਟ 'ਤੇ ਆ ਕੇ ਬਹਿ ਜਾਓ ਨਾਲੇ ਦੇ ਕਲਾਕਾਰ ਜਿਹੜਾ ਗਾ ਰਿਹਾ ਉਹਦੀ ਅੱਖ ਨਾਲ ਅੱਖ ਰਲਦੀ ਰਹੋ ਅਤੇ ਮਹਾਂਪੁਰਸ਼ਾਂ ਦੀ ਜਿਹੜੀ ਦਿਵਯ ਦ੍ਰਿਸ਼ਟੀ ਆ ਉਹ ਕਲਾਕਾਰ 'ਤੇ ਪੈਂਦੀ ਰਹੋ ਇਸ ਕਰਕੇ ਮੈਂ ਬੇਨਤੀ ਕਰ ਛੁੱਟ ਗਈ ਰਿਕੁਐਸਟ ਹੈ ਅਤੇ ਜ਼ਰੂਰ ਅਮਲ ਕਰੋ ਮਿਹਰਬਾਨੀ ਸੰਗਰਾਮ ਹਾਜ਼ਰਾ ਜੀ ਕੰਟੀਨਿਊ ਰੱਖੋ ਸਾਰਿਆਂ ਨੇ ਮੁਬਾਰਕਬਾਦ ਕਿਵੇਂ ਦੇਣੀ ਹੈ ਸਵਾਲ ਲੈਣਾ ਆਓ ਜੀ
ਕਿ ਹੁਣ ਸਮਾਂ ਨਹੀਂ ਮਿਲਣਾ
Thank you.
I'm gonna go to the hospital.
اشتركوا
ਬਹੁਤ ਬਹੁਤ ਮਿਹਰਬਾਨੀ ਕਿਉਂਕਿ ਅਕਸਰ ਬੜਾ ਕਰਮਾ ਵਾਲਾ ਉਹ ਕਲਾਕਾਰ ਹੁੰਦਾ ਜਿਹੜਾ ਦੁਆਰਾ ਹੁੰਦਾ ਸੋ ਰਿਪੀਟ ਦੇਖੋ ਤੇ ਮੰਚ ਸੰਚਾਲਕ ਤੇ ਸਾਊਂਡ ਇਹ ਜੱਦੀ ਹੈ ਕਲਾਕਾਰ ਨੂੰ ਲੱਗਦਾ ਸਾਨੂੰ ਬਾਬੇ ਨੇ ਜੱਦੀ ਬਣਾ ਦਿੱਤਾ ਸੋ ਕੱਲ ਨੂੰ ਬੜੇ ਕਹਿੰਦੇ ਆ ਨਾ ਕਿ ਫਨਕਾਰ ਜਿਨ੍ਹਾਂ ਨੂੰ ਸੁਣ ਸੁਣ ਕੇ ਸਾਰੇ ਨੇ ਸਿੱਖਿਆ ਜਨਾਬ ਦੁਰਗਾ ਰੰਗੀਲਾ ਸਾਹਿਬ ਮਾਸਟਰ ਸੁਨੀਲ ਭਾਜੀ ਸਾਰਿਆਂ ਨੇ ਕੱਲ ਆਉਣਾ ਤੇ ਕੱਲ ਦਾ ਮੇਲਾ ਹੋਰ ਭਰੇ ਸਦਾ ਹੀ ਭਰੇ ਮੈਂ ਅਰਦਾਸ ਕਰਦਾ ਇੱਕ ਵਾਰੀ ਫਿਰ ਤੋਂ ਸਾਈ ਲਖਵੀਰ ਸ਼ਾਹ ਜੀ ਨੇ ਜ਼ੋਰਦਾਰ ਤਾੜੀ ਲਾ ਦਿਓ ਜਦੋਂ ਕਦੇ ਹੋਰ ਪ੍ਰੋਗਰਾਮ ਹੋਏਗਾ ਤੇ ਉਦੋਂ ਗਾਣੇ ਵੀ ਸੁਣਾਵਾਂਗੇ ਮੈਨੂੰ ਪਤਾ ਕਈ ਸਵਾਲ ਨੂੰ ਕਈ ਕਹੀ ਜਾਂਦਾ ਕਿ ਕਿਹੜੇ ਗਾਣੇ ਨੂੰ ਕਹੀ ਜਾਂਦੇ ਪਰ ਜਿਹੜਾ ਇਸ਼ਕ ਹੈ ਨਾ ਉਹ ਸਦਾ ਹੀ ਚੇਤੇ ਰਹਿੰਦਾ ਇਸ਼ਕ ਤੇਰੇ ਨੂੰ ਸਾਰੀ ਜ਼ਿੰਦਗੀ ਚੇਤੇ ਰੱਖਾਂਗੇ ਇਹ ਵੀ ਵਾਦਾ ਕਿਸੇ ਨੂੰ ਤੇਰਾ ਨਾ ਨਹੀਂ ਦੱਸਾਂਗੇ ਇਸ਼ਕ ਤੇਰੇ ਨੂੰ ਸਾਰੀ ਜ਼ਿੰਦਗੀ ਚੇਤੇ ਰੱਖਾਂਗੇ ਇਹ ਵੀ ਵਾਦਾ ਕਿਸੇ ਨੂੰ ਤੇਰਾ ਨਾ ਨਹੀਂ ਦੱਸਾਂਗੇ ਸੋ ਅਗਲੀ ਵਾਰ ਆਵਾਂਗਾ ਇਸੇ ਤਰ੍ਹਾਂ ਥੈਂਕ ਯੂ ਸੋ ਮਚ ਕਰਾ ਸਾਈਆਂ ਦਾ ਬਹੁਤ ਸੱਚੇ ਦਰਬਾਰ ਕੀ ਥੈਂਕ ਯੂ ਸੋ ਮਚ ਜਿਉਂਦੇ ਵਸਰ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਦਰਬਾਰ ਲਈ ਜ਼ੋਰ ਦਾ ਤਾੜੀਆਂ ਹੋਣੀ ਚਾਹੀਦਾ ਤੁਹਾਡੇ ਸਾਰਿਆਂ ਨੂੰ ਇੰਨੀ ਹਾਜ਼ਰੀ ਪ੍ਰਵਾਨ ਕਰਿਓ ਸੰਗਰਾਮ ਹਮਦਰਾ ਮਿਲਕੁਲ ਬੈਂਡ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ ਔਰ ਹਾਜ਼ਰੀਆਂ ਕਬੂਲ ਕਰਿਓ ਸਾਡੇ ਸਾਈ ਜਿਹਨਾਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਇਸ ਦਰਵਾਜ਼ੇ ਗੱਦੀ ਨਸ਼ੀਨ ਸਾਈ ਲਖਵੀਰ ਸ਼ਾਹ ਜੀ ਔਰ ਸਮੂਹ ਤੇ ਭਗਵਾਨ ਸੰਤ ਪ੍ਰਾਣੀ ਸੰਤ ਮਹਾਂਪੁਰਸ਼ ਫਕੀਰੀ ਬਾਣੀ ਦੇ ਵਿੱਚ ਜਿਹਨੇ ਵੀ ਪਾਕ ਰੂਹਾਂ ਮੁਬਾਰਕ ਕਦਮ ਚੱਲ ਕੇ ਪਹੁੰਚੀਆਂ ਨੇ ਇਸ ਮੁਬਾਰਕ ਧਰਤੀ ਨੂੰ ਹੋਰ ਮੁਬਾਰਕ ਫਕੀਰਾਂ ਨੇ ਕੀਤਾ ਉਹਨਾਂ ਦਾ ਵੀ ਕੋਟਨ ਕੋਟ ਧੰਨਵਾਦ ਸਾਡੇ ਮਹਾਨ ਜੀ ਨਸਾਲੇ ਤੋਂ ਸਾਡੀਆਂ ਸਰਕਾਰਾਂ ਪਹੁੰਚੀਆਂ ਪਿਆਰ ਸਤਿਕਾਰ ਮੁਹੱਬਤ ਜਿਹੜੇ ਅਕਸਰ ਦਿੰਦੇ ਰਹਿੰਦੇ ਨੇ ਔਰ ਕਹਿ ਦੋ ਸ਼ੁਕਰ ਗੁਜ਼ਾਰ ਦੁਆਬਾ ਲਾਈਵ ਟੀ ਵੀ ਚੈਨਲ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰਾਨਾ ਮਿੰਟੂ ਸਾਊਂਡ ਉਹਨਾਂ ਦਾ ਧੰਨਵਾਦ ਜਿਹੜੇ ਸਾਡੇ ਵਰਗੀਆਂ ਛੋਟੀਆਂ ਛੋਟੀਆਂ ਵੱਡਾ ਕਰਕੇ ਪੁੱਜਦਾ ਕਰਕੇ ਤੁਹਾਡੇ ਤੱਕ ਔਰ ਨਾਲ ਦੀ ਨਾਲ ਬੜੇ ਸਤਿਕਾਰਯੋਗ ਬੜੇ ਸੀਨੀਅਰ ਬੁਲਾਰੇ ਨੇ ਮੱਖਣ ਸ਼ੇਰ ਪੁਰੀ ਸਾਹਿਬ ਉਹਨਾਂ ਦਾ ਵੀ ਕੋਟਿ ਕੋਟ ਧੰਨਵਾਦ ਹੈ ਕਿਉਂਕਿ ਲਫਜ਼ਾਂ ਦੀ ਰਵਾਨਗੀ ਲਫਜ਼ਾਂ ਦੀ ਰਵਾਨਗੀ ਸੋਚਾਂ ਦੀ ਪਰਵਾਜ਼ ਜਿਹੜੀ ਹੈ ਅਤੇ ਸ਼ਬਦਾਂ ਦੀ ਗਹਿਰਾਈ ਉਹ ਬੰਦੇ ਦੀ ਮਜ਼ਬੂਤੀ ਨੂੰ ਬਿਆਨ ਕਰਦੀ ਹੈ ਤੁਹਾਡੇ ਲਫਜ਼ ਜਿਹੜੇ ਤੁਹਾਡੇ ਬੋਲ ਜਿਹੜੇ ਆ ਇਸ ਚੀਜ਼ ਨੂੰ ਬਿਆਨ ਕਰਦੇ ਨੇ ਔਰ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਕਿਉਂਕਿ ਮੇਰੇ ਗੁਰੂ ਜੀ ਉਹਨਾਂ ਦੇ ਨਾਲ ਬੜਾ ਪਿਆਰ ਸ਼ੁਰੂ ਤੋਂ ਬਰਕਰਾਰ ਬਣਿਆ ਹੁਣ ਤੱਕ ਔਰ ਜਿਹਨਾਂ ਨੇ ਹਮੇਸ਼ਾ ਮੈਨੂੰ ਅਦਬ ਅਤੇ ਆਦਾਬ ਕਰਨਾ ਦੱਸਿਆ ਇਹ ਸਾਡੇ ਬੜੇ ਸਤਿਕਾਰ ਦੇ ਬੜੇ ਸੀਨੀਅਰ ਬੁਲਾਰੇ ਨੇ ਬਹੁਤ ਬਹੁਤ ਸ਼ੁਕਰੀਆ ਦਾ ਤੁਹਾਡਾ ਵੀ ਕਿਉਂਕਿ ਮੈਂ ਹਾਂ ਤੁਹਾਡੇ ਦੁਆਰਾ ਗੌਲਿਆ ਅਜਿਹਾ ਬੰਦਾ ਪਰ ਹੁਣ ਮੈਂ ਬੜੀ ਗੱਲ ਗਾਉਂਦਾ ਹਾਂ ਮੈਂ ਹਾਂ ਤੁਹਾਡੇ ਦੁਆਰਾ ਅਣਗੌਲਿਆ ਅਜਿਹਾ ਬੰਦਾ ਪਰ ਹੁਣ ਮੈਂ ਹਰ ਗੱਲ ਬੜੀ ਗੋਲਦਾ ਹਾਂ ਪਹੁੰਚਦੀ ਹੈ ਤੁਹਾਡੀ ਕੀਤੀ ਹਰ ਗੱਲ ਮੇਰੇ ਤੱਕ ਪਹੁੰਚਦੀ ਹੈ ਤੁਹਾਡੀ ਕੀਤੀ ਹਰ ਗੱਲ ਮੇਰੇ ਤੱਕ ਇਸ ਲਈ ਹੁਣ ਮੈਂ ਸੋਚ ਸਮਝ ਕੇ ਬੋਲਦਾ ਹਾਂ ਇਸ ਲਈ ਹੁਣ ਮੈਂ ਸੋਚ ਸਮਝ ਕੇ ਬੋਲਦਾ ਸੈਨਿਕ ਹਾਜ਼ਰੀ ਪ੍ਰਵਾਨ ਕਰਿਓ ਕਿਉਂਕਿ ਉਸਤਾਦਾਂ ਸਾਹਮਣੇ ਬੋਲਣਾ ਫਕੀਰਾਂ ਸਾਹਮਣੇ ਬੋਲਣਾ ਅਤੇ ਮੈਨੂੰ ਲੱਗਦਾ ਕਿ ਗੁਸਤਾਖੀ ਕਰ ਰਹੇ ਹਾਂ ਤੁਹਾਡਾ ਕਰਮ ਹੈ ਔਰ ਤੁਹਾਡਾ ਵੜੱਪਣ ਹੈ ਤੁਸੀਂ ਕਾਰ ਦੇਣੇ ਹੋ ਔਰ ਦੋ ਲਾਈਨਾਂ ਤੁਹਾਡੀ ਨਜ਼ਰ ਫਿਰ ਮਾਈਕ ਹੈਂਡ ਓਵਰ ਕਰ ਦੇਣਾ ਮੈਂ ਕਿ ਮੇਰੀ ਝੋਲੀ ਮੈਂ ਕੁਛ ਅਲਫਾਜ਼ ਦੁਆਓਂ ਕੇ ਵੀ ਡਾਲ ਦੂੰਗਾ ਮੇਰੀ ਝੋਲੀ ਮੈਂ ਕੁਛ ਅਲਫਾਜ਼ ਦੁਆਓਂ ਕੇ ਵੀ ਡਾਲ ਦੇਣਾ ਕਿਆ ਪਤਾ ਤੇਰੇ ਲਬ ਹਿਲੇ ਔਰ ਮੇਰੀ ਤਕਦੀਰ ਸੰਭਲ ਲਏ ਗੱਲ ਇੰਨੀ ਗਈ ਇੰਨੇ ਹਾਜ਼ਰੀ ਪ੍ਰਵਾਨ ਕਰਿਓ ਥੈਂਕ ਯੂ ਸੋ ਮਚ ਜਿਉਂਦੇ ਵਸਦੇ ਰਹੋ ਰੱਬ ਰੱਖਾ ਜੈ ਮਸਤਾ ਦੀ ਜੈ ਫਕਰਾਂ ਦੀ ਜੈ ਸਾਈ ਜੀ ਮੱਖਣ ਸ਼ੇਖ ਸਰ ਪੱਕੇ ਪੁਜੀਸ਼ਨ ਆ ਜਾਓ ਆ ਜਾਓ ਲਾ ਵੀਰੇ ਦੇ ਸ਼ਗਿਰਦ ਨੂੰ ਬੇਨਤੀ ਹੈ ਕਿ ਉਹ ਨਜ਼ਦੀਕ ਆ ਜਾਣ ਉਹਨਾਂ ਦੀ ਹਾਜ਼ਰੀ ਹੈ ਜਿਹੜੇ ਪਰਮਾਨੈਂਟ ਮਜੀਸ਼ੀਅਨ ਹੈ ਜਿਹਨੂੰ ਪੀ ਆਰ ਮਿਲੀ ਹੋਈ ਹੈ ਜਿਹਨਾਂ ਨੂੰ ਪੀ ਆਰ ਮਿਲੀ ਹੋਈ ਹੈ ਘੱਟੋ ਘੱਟ ਆ ਦਿੱਤੇ ਕੱਲ੍ਹ ਦੀ ਉਹ ਮੰਚ 'ਤੇ ਆ ਜਾਣ ਬੜੀ ਮਿਹਰਬਾਨੀ ਉੱਧਰ ਮਾਨ ਸਨਮਾਨ ਦੀ ਰਸਮਾਂ ਵੀ ਚੱਲ ਰਹੀਆਂ ਔਰ ਰਾਤ ਦੀ ਮਹਿਫਲ ਦੇ ਵਿੱਚ ਬੰਟੀ ਕਵਾਲ ਕੁਛ ਕੋਟੀ ਦੇ ਕਵਾਲ ਵਨੀਤ ਖਾਨ ਸਾਹਿਬ ਕਵਾਲ ਪਟਿਆਲੇ ਵਾਲੇ ਪਰਵੇਜ਼ ਆਲਮ ਜੀ ਮਲੇਰਕੋਟਲੇ ਵਾਲੇ ਹਰਵੇਸ਼ ਰੰਗੀਲਾ ਸਾਹਿਬ ਔਰ ਸਲਾਮਤ ਅਲੀ ਜੀ ਮਲੇਰਕੋਟਲੇ ਵਾਲੇ ਔਰ ਸ਼ਕੀਲ ਸਾਬਰੀ ਜੀ ਫਿਲੌਰ ਵਾਲੇ ਕੁਲਦੀਪ ਰੋਹਾਨੀ ਜੀ
ਮਾਨ ਕਲੀ ਜੀ ਇਹ ਵੀ ਪਟਿਆਲੇ ਤੋਂ ਨੇ ਸੋ ਇਹ ਰਾਤ ਦੀ ਮਹਿਫਲ ਵਿੱਚ ਇਹਨਾਂ ਤੋਂ ਇਲਾਵਾ 12 ਵਜੇ ਨੂੰ ਦੱਸਿਆ ਵੀ ਦੋ ਨਕਾਲ ਪਾਰਟੀ ਉਹਨਾਂ ਨੂੰ ਕਰਨਾ ਸੋ ਬਹੁਤ ਬਹੁਤ ਥੈਂਕਸ ਫਾਰ ਸਾਰਿਆਂ ਦਾ ਸੋ ਹੁਣ ਕਮਿਸ਼ਨ ਜਰਾ ਚਾਰ ਪੰਜ ਦਿਨ ਜਲਦੀ ਜਲਦੀ